ਜੀ 11 ਅਕਤੂਬਰ ਨੂੰ ਜਿਹੜਾ ਵਲੰਟਰੀ ਬਲੱਡ ਡੋਨੇਸ਼ਨ ਡੇ ਹੁੰਦਾ ਉਸ ਸੰਬੰਧ 'ਚ ਜਿਹੜੇ ਬੈਸਟ ਪਰਫੋਰਮਿੰਗ ਡਿਸਟ੍ਰਿਕਟਸ ਨੇ ਜਾਂ ਬਲੱਡ ਸੈਂਟਰਸ ਨੇ ਉਹਨਾਂ ਨੂੰ ਮਾਨਯੋਗ ਡਿਪਟੀ ਸੀ ਐਮ ਸਾਹਿਬ ਨੇ ਕੱਲ੍ਹ ਅੰਮ੍ਰਿਤਸਰ ਇੱਕ ਸਟੇਟ ਲੈਵਲ ਦੇ ਫੰਕਸ਼ਨ 'ਚ ਸਨਮਾਨਿਤ ਕੀਤਾ ਐਂਡ ਉਹਦੇ 'ਚ ਤਰਨ ਤਾਰਨ ਜ਼ਿਲ੍ਹਾ ਵੀ ਦੈਟ ਵਾਜ਼ ਵਨ ਆਫ ਦੈਮ ਜਿਹਦੇ 'ਚ ਦੇਖੋ ਜ਼ਿਆਦਾ ਤਾਂ ਮੇਨ ਰੋਲ ਸਾਡੇ ਸਟਾਫ ਮੈਂਬਰ ਦਾ ਸਿਵਲ ਸਰਜਨ ਸਾਹਿਬ ਦੀ ਰਹਿਨਮਾਈ ਹੇਠ ਜਿਹੜੇ ਸਾਡੇ ਬੀ ਟੀ ਓ ਨੇ ਮੇਨ ਡਾਕਟਰ ਰੇਖਾ ਜੀ ਐਂਡ ਨਾਲ ਇਹਨਾਂ ਦਾ ਸਟਾਫ ਦੇ ਆਰ ਡੂਇੰਗ ਅ ਵੈਰੀ ਵੰਡਰਫੁਲ ਜੋਬ ਕੁਛ ਐਕਚੁਲੀ ਟਾਰਗੇਟਸ ਸਾਡੇ ਗੌਰਮੈਂਟ ਵੱਲੋਂ ਫਿਕਸਡ ਹੁੰਦੇ ਆ ਜਿਵੇਂ ਇੱਕ ਔਨਲਾਈਨ ਪੋਰਟਲ ਹੈ ਈ ਰਕਤ ਕੋਸ਼ ਉਹਦੇ 'ਚ ਸਾਡੀ 100% ਅਚੀਵਮੈਂਟ ਆ ਜਾਂ ਬਲੱਡ ਕੰਪੋਨੈਂਟਸ ਨੇ ਜਿਵੇਂ ਪਲਾਜ਼ਮਾ ਪਲੇਟਲੇਟਸ ਜਾਂ ਪੈਕਡ ਆਰ ਬੀ ਸੀਜ਼ ਨੋਰਮਲੀ ਕਿਹਾ ਜਾਂਦਾ ਨਾ ਵੀ ਅਗਰ ਇੱਕ ਆਦਮੀ ਬਲੱਡ ਡੋਨੇਟ ਕਰ ਰਿਹਾ ਤਾਂ ਚਾਰ ਜਣਿਆਂ ਦੀ ਅਸੀਂ ਜਾਨ ਬਚਾ ਸਕਦੇ ਹਾਂ ਸੋ ਇਹ ਸਾਰਾ ਕੰਮ ਸਾਡੇ ਡਾਕਟਰ ਰੇਖਾ ਜੀ ਨੇ ਆਪਣੇ ਸਟਾਫ ਮੈਂਬਰਸ ਦੇ ਨਾਲ ਸਾਡੇ ਸਿਵਲ ਸਰਜਨ ਸਾਹਿਬ ਦੀ ਰਹਿਨਮਾਈ ਹੇਠ ਔਫਕੋਰਸ ਇਟਸ ਲਾਈਕ ਅ ਟੀਮ ਵਰਕ ਵੀ ਅਸੀਂ ਸਾਰੇ ਬੜਾ ਅੱਛਾ ਕੰਮ ਕਰ ਰਹੇ ਹਾਂ ਐਂਡ ਇਹਦੇ ਬਾਰੇ ਬਾਕੀ ਡਾਕਟਰ ਰੇਖਾ ਸ਼ੀ ਕੈਨ ਬੈਟਰ ਟੈਲ ਵੀ ਜੋ ਜੋ ਵੀ ਟਾਰਗੇਟਸ ਨੇ ਐਂਡ ਇਹਨਾਂ ਨੇ ਕਿਵੇਂ ਅਚੀਵ ਕੀਤਾ ਹਾਂ ਕੋਵਿਡ ਦੇ ਵਿੱਚ ਡੈਫੀਨੇਟਲੀ ਸਾਨੂੰ ਉਦੋਂ ਇੱਕ ਵਾਰੀ ਐਟ ਸਮ ਸਟੇਜ ਡਾਕਟਰ ਰੇਖਾ ਨੇ ਮੈਨੂੰ ਦੱਸਿਆ ਵੀ ਕੁਛ ਖੂਨ ਦੀ ਕਮੀ ਆ ਸਕਦੀ ਹੈ ਕੋਵਿਡ ਦੇ ਕਰਕੇ ਲੇਕਿਨ ਸਟਿਲ ਸੇ ਵਿਦ ਮੋਟੀਵੇਸ਼ਨ ਜਾਂ ਕੁਛ ਆਪਣਾ ਜਿਹੜਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਸਾਰਿਆਂ ਨੇ ਅਸੀਂ ਟਾਈਮ ਸਿਰ ਜਿਹੜੇ ਸਟੈਪਸ ਚੁੱਕੇ ਆ ਅਤੇ ਬਾਕੀ ਪਰਮਾਤਮਾ ਦੀ ਕਿਰਪਾ ਅਤੇ ਸਾਰਿਆਂ ਦੀ ਮਿਹਨਤ ਦੇ ਨਾਲ ਤਰਨ ਤਾਰਨ ਜ਼ਿਲ੍ਹਾ ਜਿਹੜਾ ਉਹ ਆਪਣੇ ਟਾਰਗੇਟਸ ਅਚੀਵ ਕਰਨ 'ਚ ਕਾਮਯਾਬ ਰਿਹਾ ਦੇਖੋ ਜੀ ਸੰਦੇਸ਼ ਤਾਂ ਇੱਕ ਯੂਨੀਵਰਸਲ ਚੱਲਦਾ ਹੀ ਆ ਵੀ ਖੂਨਦਾਨ ਮਹਾਂਦਾਨ ਐਂਡ ਉਹਦੇ 'ਚ ਸਾਡਾ ਸਟਾਫ ਵੀ ਜਿਹੜਾ ਹੈ ਉਹ ਵੀ ਵਲੰਟਰੀ ਬਲੱਡ ਡੋਨੇਸ਼ਨ ਕੈਂਪਸ ਦੇ ਵਿੱਚ ਬੜਾ ਪਾਰਟੀਸਪੇਟ ਕਰਦਾ ਹੈ ਸਾਡੇ ਡੀ ਸੀ ਸਾਹਿਬ ਉਹ ਹੀ ਇਜ਼ ਵੈਰੀ ਪੁਸ਼ਿੰਗ ਉਹ ਆਪ ਵੀ ਖੂਨਦਾਨ ਕਰਦੇ ਆ ਉਹਦੇ ਨਾਲ ਜਿਹੜੇ ਰੈੱਡ ਕਰਾਸ ਵਗੈਰਾ ਐਂਡ ਆਈ ਵਿਸ਼ ਵੀ ਯੂਥ ਜਿਹੜੀ ਹੈਗੀ ਆ ਉਹ ਨਸ਼ਿਆਂ ਵਗੈਰਾ ਨੂੰ ਛੱਡ ਕੇ ਅਗਰ ਇਸ ਪਾਸੇ ਆਵੇ ਤਾਂ ਖੂਨਦਾਨ ਤੋਂ ਵੱਧ ਤਾਂ ਕੋਈ ਮਹਾਂਦਾਨ ਹੋਰ ਹੋ ਹੀ ਨਹੀਂ ਸਕਦਾ ਇਹੋ ਹੀ ਸੰਦੇਸ਼ ਆ ਹਾਂਜੀ ਪਹਿਲਾਂ ਤਾਂ ਇਹ ਅਵਾਰਡ ਨੈਸ਼ਨਲ ਵਲੰਟਰੀ ਬਲੱਡ ਡੋਨੇਸ਼ਨ ਡੇ ਸਟੇਟ ਲੈਵਲ ਦਾ ਈਵੈਂਟ ਸੀਗਾ ਇਹਦੇ ਵਿੱਚ ਉਹਨਾਂ ਦੇ ਅਕੋਰਡਿੰਗ ਟੂ ਟਾਰਗੇਟ ਸੀਗੇ ਸਾਡੇ ਪੂਰੇ ਸਟੇਟ ਵਿੱਚੋਂ 3 ਬਲੱਡ ਕੰਪੋਨੈਂਟ ਸੈਪਰੇਸ਼ਨ ਯੂਨਿਟ ਅਤੇ ਉਹਨਾਂ ਨੂੰ ਓਨਰ ਕੀਤਾ ਗਿਆ ਹੈ ਐਂਡ ਤਰਨ ਤਾਰਨ ਇਜ਼ ਵਨ ਆਫ ਦੈਮ ਅਤੇ ਸਾਡੇ ਟਾਰਗੇਟਸ ਮੈਂ ਤਾਂ ਜਿੱਦਾਂ ਸਰ ਨੇ ਦੱਸਿਆ ਹੀ ਹੈ ਐਜ਼ ਪਰ ਡਾਇਰੈਕਸ਼ਨ ਆਫ ਸਿਵਲ ਸਰਜਨ ਸਰ ਐਸ ਐਮ ਓ ਸਰ ਔਨਲਾਈਨ ਪੋਰਟਲ ਹੈ ਈ ਰਕਤ ਕੋਸ਼ ਸਾਡਾ 100% ਹੈ ਐਂਡ ਮੋਸਟ ਇੰਪੋਰਟੈਂਟ ਬਲੱਡ ਕੰਪੋਨੈਂਟ ਸੈਪਰੇਸ਼ਨ ਉਹ ਸਾਡਾ 100% ਹੈ ਮਤਲਬ ਅਗਰ ਇੱਕ ਡੋਨਰ ਬਲੱਡ ਦੇ ਰਿਹਾ ਹੈ ਉਹਨੂੰ ਡਿਵਾਈਡ ਕੀਤਾ ਜਾਂਦਾ ਹੈ ਤਾਂ ਜੋ 3-4 ਪੇਸ਼ੈਂਟਸ ਨੂੰ ਬਚਾਇਆ ਜਾ ਸਕੇ ਐਂਡ ਸੈਕਿੰਡ ਥਿੰਗ ਇਸ ਸਾਲ ਸੀ ਐਸ ਸਰ ਐਸ ਐਮ ਓ ਸਰ ਦੀ ਡਾਇਰੈਕਸ਼ਨ ਦੇ ਅਨੁਸਾਰ ਸਾਡੇ ਬਲੱਡ ਬੈਂਕ 'ਚ ਹੀਮੋਫੀਲੀਆ ਫੈਕਟਰਸ ਵੀ ਆਪਾਂ ਸਟਾਰਟ ਕੀਤੇ ਹੈ ਉਹ ਇਸੇ ਸਾਲ ਸਟਾਰਟ ਹੋਏ ਆ ਜਿਨ੍ਹਾਂ 'ਚ ਪਹਿਲਾਂ ਹੀਮੋਫੀਲੀਆ ਦੇ ਪੇਸ਼ੈਂਟਸ ਨੂੰ ਜਿੱਦਾਂ ਅੰਮ੍ਰਿਤਸਰ ਜਾਣਾ ਪੈਂਦਾ ਸੀਗਾ ਉਹਨਾਂ ਦਾ ਸਰਵਾਈਵਲ ਹੀ ਫੈਕਟਰਸ ਦੇ ਨਾਲ ਹੈ ਫੈਕਟਰ 8 ਫੈਕਟਰ 9 ਉਹ ਸਾਡੇ ਬਲੱਡ ਬੈਂਕ 'ਚ ਹੁਣ ਅਸੀਂ ਅਵੇਲੇਬਲ ਹੈਗੇ ਹੈ ਉਹਨਾਂ 'ਚ ਐਂਡ ਸੈਕਿੰਡ ਥਿੰਗ ਥਰਡ ਹੈ ਵਲੰਟਰੀ ਬਲੱਡ ਡੋਨਰਸ ਵਲੰਟਰੀ ਮੀਨਸ ਕਿ ਜਿਹਨਾਂ ਨੂੰ ਕੋਈ ਲਾਲਚ ਨਹੀਂ ਹੈ ਕਿ ਕਿਸੇ ਦਾ ਪੈਸੇ ਦਾ ਲਾਲਚ ਨਹੀਂ ਹੈ ਕੋਈ ਗੇਨ ਦਾ ਲਾਲਚ ਨਹੀਂ ਹੈ ਆਪਣੀ ਇੱਛਾ ਨਾਲ ਰਕਤਦਾਨ ਕਰਦੇ ਹੈ ਇੱਕ ਖੂਨਦਾਨ ਮਹਾਂਦਾਨ ਦੇ ਅਕੋਰਡਿੰਗ ਦਾਨ ਕਰਦੇ ਹੈ ਇਹਦੇ ਵਿੱਚ ਹਾਂ ਕੋਵਿਡ ਦੇ ਟਾਈਮ 'ਚ ਜ਼ਰੂਰ ਸਾਨੂੰ ਬਹੁਤ ਪ੍ਰੋਬਲਮ ਆਈ ਹੈ ਸਾਨੂੰ ਕੈਂਪਸ ਬਹੁਤ ਘੱਟ ਮਿਲੇ ਹੈ ਲੋਕਾਂ 'ਚ ਵੀ ਡਰ ਸੀਗਾ ਪਰ ਚਲੋ ਐਡਮਿਨਿਸਟ੍ਰੇਸ਼ਨ ਨੇ ਸਾਡਾ ਬਹੁਤ ਜ਼ਿਆਦਾ ਸਾਥ ਦਿੱਤਾ ਹੈ ਈਵਨ ਡੀ ਸੀ ਸਰ ਖੁਦ ਬਲੱਡ ਡੋਨੇਟ ਕਰਦੇ ਰਹੇ ਹੈ ਈਵਨ ਐਸ ਐਸ ਪੀ ਸਰ ਮਿਸਟਰ ਰੂਮਾ ਨੇ ਐਚਨੀ ਵਾਲੇ ਉਹਨਾਂ ਨੇ ਤਾਂ ਖੁਦ ਵੀ ਬਲੱਡ ਡੋਨੇਟ ਕੀਤੇ ਸਾਨੂੰ ਕੈਂਪਸ ਵੀ ਦਿੱਤੇ ਹੈ ਸਾਨੂੰ ਕੈਂਪਸ ਵੀ ਦਿੱਤੇ ਆ ਅਤੇ ਈਵਨ ਕੋਈ ਪ੍ਰੋਬਲਮ ਆਉਂਦੀ ਹੈ ਅਸੀਂ ਸਿਵਲ ਸਰਜਨ ਸਰ ਐਸ ਐਮ ਓ ਸਰ ਨਾਲ ਗੱਲ ਕਰਦੇ ਹਾਂ ਅਤੇ ਕੈਂਪ ਮੈਨੇਜ ਕਰਦੇ ਹੈ ਐਂਡ ਨੈਕਸਟ ਸਾਡੇ ਕੋਲ ਇੱਕ ਡਾਇਰੈਕਟਰੀ ਮੇਨਟੇਨਡ ਹੁੰਦੀ ਹੈ ਡਾਇਰੈਕਟਰੀ 'ਚ ਅਸੀਂ ਰੇਅਰ ਬਲੱਡ ਗਰੁੱਪ ਬਾਈ ਚਾਂਸ ਕੋਈ ਐਮਰਜੈਂਸੀ ਆਉਂਦੀ ਹੈ ਅਤੇ ਉਹਨਾਂ ਨੂੰ ਫਿਰ ਆਪਾਂ ਕਾਲ ਵੀ ਕਰ ਲੈਂਦੇ ਹਾਂ ਅਤੇ ਇਹਦੇ ਅਕੋਰਡਿੰਗ ਹੀ ਅਸੀਂ ਮੈਨਟੇਨ ਕਰਦੇ ਰਹੇ ਹਾਂ ਇਹ ਬਲੱਡ ਬੈਂਕ ਸਟਾਫ ਦਾ ਜ਼ਰੂਰ ਇਟ ਇਜ਼ ਅ ਟੀਮ ਵਰਕ ਸਟਾਫ ਦਾ ਤਾਂ ਮੋਸਟ ਇੰਪੋਰਟੈਂਟ ਰੋਲ ਹੈਗਾ ਹੀ ਹੈ ਐਂਡ ਥੈਂਕ ਯੂ